ਕੰਟੈਂਟ ਤੁਹਾਡਾ ਚੰਗਾ ਹੋਊਗਾ ਅਤੇ ਲੋਕ ਪਿਆਰ ਕਰਦੇ ਏਡੇ ਪਾਗਲ ਥੋੜ੍ਹਾ ਲੋਕ ਵੀ ਜੇ ਤੁਸੀਂ ਬਹੁਤ ਚੰਗੀ ਚੀਜ਼ ਵੀ ਉਹਨਾਂ ਨੂੰ ਦੇ ਰਹੇ ਤਾਂ ਉਹ ਕਹਿਣਗੇ ਵੀ ਨਹੀਂ ਅਸੀਂ ਨਹੀਂ ਵੇਖਣੀ ਸੋ ਕਈ ਵਾਰ ਕਮੀਆਂ ਰਹਿ ਜਾਂਦੀਆਂ ਬਣਾਉਣ 'ਚ ਹੁਣ ਕਿਸੇ ਵੀ ਬੰਦੇ ਨੇ ਕੋਈ ਗਾਣਾ ਬਣਾਇਆ ਜਾਂ ਪ੍ਰੋਜੈਕਟ ਬਣਾਇਆ ਹੁਣ ਆਪਣੇ ਮੂੰਹ ਕਿਤਨਾ ਆਖੇ ਵੀ ਮੇਰੇ ਕੋਲ ਕਮੀਆਂ ਰਹਿ ਗਈਆਂ ਇਹਨਾਂ ਤੁਸੀਂ ਖਿਆਲ ਰੱਖਿਓ ਇੱਦਾਂ ਤਾਂ ਕਹਿ ਨਹੀਂ ਸਕਦਾ ਉਹ ਉਹਨਾਂ ਦੇ ਤੇ ਮਾੜੇ ਨੂੰ ਵੀ ਵਧੀਆ ਕੋਈ ਜਿਹਦੀ ਦੁਕਾਨਦਾਰੀ ਆ ਕੋਈ ਇਹ ਵੀ ਚੀਜ਼ ਦੀ ਅਗਲੇ ਨੇ ਕਹਿਣਾ ਵੀ ਮੇਰਾ ਜਿਹੜਾ ਸਮਾਨ ਹੈ ਸਭ ਤੋਂ ਬੈਸਟ ਆ ਨਾ ਇੱਦਾਂ ਦੀ ਕੋਈ ਸਟੋਰੀ ਆਈ ਆ ਨਾ ਇੱਦਾਂ ਦੀ ਕੋਈ ਫਿਲਮ ਬਣੀ ਆ ਮੈਂ ਸਾਰੀਆਂ ਚੀਜ਼ਾਂ ਧਿਆਨ 'ਚ ਰੱਖੀਆਂ ਸਾਰੇ ਫਲੇਵਰ ਨੇ ਇਸ ਫਿਲਮ 'ਚ ਜੋ ਵਿਜ਼ਨ ਹੈ ਹੁੰਡਲ ਸਾਹਿਬ ਦਾ ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਐਗਜ਼ੀਕਿਊਟ ਕੀਤਾ ਹੈ ਅਤੇ ਸਾਰੇ ਕੈਰੈਕਟਰਸ ਨੇ ਆਪਣਾ ਬਹੁਤ ਵਧੀਆ ਕੰਮ ਕੀਤਾ ਹੈ ਧੀਰਾ ਜੀ ਨੇ ਜਿਸਨੇ ਦੀਦਾਰ ਗਿੱਲ ਜੀ ਨੇ ਔਰ ਪਾਕਿਸਤਾਨੀ ਐਕਟਰ ਇਫਤਖਾਰ ਖਾਨ ਦੇ ਅਦਰ ਅਨੀਤਾ ਦੇਵਗਨ ਜੀ ਨੇ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿਸਮਤ 'ਚ ਲਿਖਾ ਕੇ ਆਏ ਆ ਲੋਕ ਉਹਨਾਂ ਦੇ ਕਰਮਾਂ 'ਚ ਮਹਾਰਾਜ ਨੇ ਬਹੁਤ ਵੱਡੇ ਲੈਵਲ 'ਤੇ ਫੇਮ ਲਿਖਿਆ ਹੋਇਆ ਤਾਂ ਕਰਕੇ ਯਾਨੀ ਤਾਂ ਵੇਖੋ ਇੱਥੇ ਫਿਰ ਗੱਲ ਤਾਂ ਉਹ ਵੀ ਕਿੰਨੀ ਕਿੰਨੀ ਲੋਕ ਮਿਹਨਤ ਵੀ ਕਰਦੇ ਅਤੇ ਕਈ ਜਣਾ ਸਾਹਮਣੇ ਨਹੀਂ ਆ ਪਾਉਂਦੇ ਅਤੇ ਕੋਈ ਬੇਹੁਦਾ ਜੀ ਗੱਲ ਕਰਕੇ ਜੇ ਸਾਹਮਣੇ ਆ ਜਾਂਦਾ ਮੰਨ ਲਓ ਉਹ ਸਾਨੂੰ ਰੁੱਸਿਆ ਰੁੱਸਿਆ ਰੱਬ ਲੱਗਦਾ ਵਿਛੜੇ ਨੇ ਸੱਜਣ ਤਦ ਲੱਗਦਾ ਉਹ ਸਾਨੂੰ ਰੁੱਸਿਆ ਰੁੱਸਿਆ ਰੱਬ ਲੱਗਦਾ ਵਿਛੜੇ ਨੇ ਸੱਜਣ ਤਦ ਲੱਗਦਾ ਜਿਹਨੂੰ ਰੱਬ ਮੰਨਿਆ ਜੱਗ ਮੇਲੇ ਚੋਂ ਉਹ ਰੱਬ ਮੰਨਿਆ ਜੱਗ ਮੇਲੇ ਚੋਂ ਉਹ ਪਾਣੀ ਬਿਖੜੇ ਰਾਦੇ ਨੇ ਸੱਜਣਾ ਬਿਨ ਮੇਲੇ ਉਹ ਮਿੱਤਰਾਂ ਬਿਨ ਮੇਲੇ ਕਾਦੇ ਨੇ ਸੱਜਣਾ ਬਿਨ ਮੇਲੇ ਉਹ ਮਿੱਤਰਾਂ ਬਿਨ ਮੇਲੇ ਕਾਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਅਤੇ ਮੈਂ ਹਾਂ ਜਸਵੀਰ ਸੋ ਬੜੀ ਹੀ ਸੋਹਣੀ ਸਟਾਰਕਾਸ਼ ਮੇਰੇ ਨਾਲ ਹੈ ਹਾਈ ਬੀਬੀ ਏ ਕਿੱਥੇ ਫਸ ਗਈ ਸੋ ਫਿਲਮ ਆ ਰਹੀ ਹੈ 23 ਅਗਸਤ ਨੂੰ ਸੋ ਮੈਂ ਵੈਲਕਮ ਕਰਦੀ ਹਾਂ ਮਾਲਵੀ ਮਲਹੋਤਰਾ ਤੀਰਾ ਗਿੱਲ ਜੀ ਐਂਡ ਦੀਦਾਰ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸੋ ਟੂ ਗਿੱਲਸ ਆਰ ਇਨ ਦਾ ਹਾਊਸ ਮੈਂ ਤੁਹਾਨੂੰ ਦੋਵਾਂ ਨੂੰ ਪਹਿਲਾਂ ਪੁੱਛੂੰਗੀ ਕਿ ਕਿਵੇਂ ਦੀ ਬੋਂਡਿੰਗ ਰਹੀ ਬਿਕੋਜ਼ ਨਾ ਜਦੋਂ ਕਾਸਟ ਮਿਲਦੀ ਹੁੰਦੀ ਹੈ ਨਾ ਕਹਿੰਦੇ ਆ ਨਾ ਇੱਕ ਬਰੋ ਕੋਡ ਹੋ ਜਾਂਦਾ ਬੋਂਡਿੰਗ ਬੜੀ ਅੱਛੀ ਹੁੰਦੀ ਹੈ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਪੰਜਾਬੀ ਗਰੋਵਸ ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਸਭ ਤੋਂ ਪਹਿਲਾਂ ਤਾਂ ਜੀ ਵੀ 23 ਅਗਸਤ ਨੂੰ ਹਾਈ ਬੀਬੀ ਏ ਥੀਏਟਰਸ ਦੇ ਵਿੱਚ ਆ ਰਹੀ ਹੈ ਤੁਸੀਂ ਦੇਖਣ ਵਾਸਤੇ ਜ਼ਰੂਰ ਪਹੁੰਚਣਾ ਮੇਰੀ ਅਤੇ ਦੀਦਾਰ ਗਿੱਲ ਜੀ ਹੋਣਾ ਜੀ ਜਿੱਦਾਂ ਤੁਸੀਂ ਦੱਸਿਆ ਕਾਸਟ 'ਚ ਨਹੀਂ ਅਸੀਂ ਬਹੁਤ ਪੁਰਾਣੇ ਸਾਡੀ ਮਿੱਤਰਤਾ ਜੀ ਲਗਭਗ ਮੈਨੂੰ ਲੱਗਦਾ ਜੀ 10-15 ਸਾਲ ਤੋਂ ਸੋ ਸਾਨੂੰ ਲੱਗਿਆ ਹੀ ਨਹੀਂ ਵੀ ਅਸੀਂ ਕੋਈ ਕਾਸਟ ਨਾਲ ਕੰਮ ਕਰ ਰਹੇ ਹਾਂ ਸਾਨੂੰ ਲੱਗਿਆ ਸਾਡੀ ਸਾਰੀ ਆਪਣੀ ਟੀਮ ਹੈ ਸਾਡੇ ਇੱਕ ਪਰਿਵਾਰਕ ਵਰਗਾ ਮਾਹੌਲ ਸੀ ਜੀ ਸੋ ਬੜਾ ਮਜ਼ਾ ਆਇਆ ਜੀ ਸ਼ੂਟ ਕਰਕੇ ਜੀ ਸੋ ਭਾਅ ਜੀ ਹੋਰਰ ਕੋਮੇਡੀ ਹੈਗੀ ਹੈ ਤੁਸੀਂ ਬਹੁਤ ਫਿਲਮਾਂ ਕਰ ਚੁੱਕੇ ਹੋ ਐਂਡ ਕੋਮੇਡੀ ਨਾਲ ਤਾਂ ਤੁਹਾਡਾ ਵੈਸੇ ਹੀ ਬਹੁਤ ਜ਼ਿਆਦਾ ਪਿਆਰ ਹੈ ਸੋ ਮੇਰਾ ਮੇਨ ਸਵਾਲ ਹੈ ਕਿ ਜਦੋਂ ਹਰ ਵਾਰੀ ਕੋਮੇਡੀ ਆਉਂਦੀ ਹੈ ਤੁਹਾਡੇ ਹਿੱਸੇ ਤਾਂ ਇੱਕ ਕੀ ਰਿਸਪੋਂਸੀਬਿਲਟੀ ਲੈ ਕੇ ਚੱਲਦੇ ਹੋ ਬਿਕੋਜ਼ ਹਰ ਫਿਲਮ ਦੇ ਵਿੱਚ ਇੱਕ ਨਵਾਂ ਫਲੇਵਰ ਲੈਣਾ ਹੁੰਦਾ ਹੈ ਰਿਸਪੋਂਸੀਬਿਲਟੀ ਦੇ ਵੇਖੋ ਜਦੋਂ ਕੋਈ ਨਵਾਂ ਪ੍ਰੋਜੈਕਟ ਕਰਾਂਗੇ ਰਿਸਪੋਂਸੀਬਿਲਟੀ ਤਾਂ ਹੈ ਹੀ ਆ ਕਿਉਂਕਿ ਕਰੋੜਾਂ ਰੁਪਈਆਂ ਦਾ ਪ੍ਰੋਜੈਕਟ ਬਣ ਰਿਹਾ ਅਤੇ ਤੁਸੀਂ ਵਿੱਚ ਐਜ਼ ਏ ਐਕਟਰ ਮੰਨ ਲਓ ਕੰਮ ਕਰ ਰਹੇ ਹਾਂ ਹੁਣ ਇਹ ਸਾਹਮਣੇ ਵਾਲੇ ਵੇਖਣ ਵਾਲੇ ਦਾ ਨਜ਼ਰੀਆ ਆ ਕਿ ਉਹ ਸਾਨੂੰ ਕੌਮਿਕ ਵੀ ਨਾ ਵੇਖ ਰਿਹਾ ਆ ਵੀ ਮੇਰੇ ਕੋਲ ਜੇ ਸੀਰੀਜ਼ ਕਰਾਉਣਗੇ ਮੈਂ ਸੀਰੀਜ਼ ਵੀ ਕਰੂੰਗਾ ਮੈਨੂੰ ਜੇ ਵਿਲਨ ਬਣਾਉਣਗੇ ਤਾਂ ਮੈਂ ਵਿਲਨ ਦਾ ਵੀ ਕਰੂੰਗਾ ਸੋ ਮੈਂ ਫਨੀ ਜਿੱਦਾਂ ਵੀਡੀਓ ਅਪਡੇਟ ਕਰਦਾ ਸੀਗਾ ਸੋ ਤਾਂ ਕਰਕੇ ਮੇਰੇ ਹਿੱਸੇ ਜ਼ਿਆਦਾ ਜਿਹੜੇ ਆ ਉਹ ਫਨੀ ਕਿਰਦਾਰ ਆਉਂਦੇ ਨੇ ਵੀ ਹੁਣ ਜਿੱਦਾਂ ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਤੁਸੀਂ ਵੇਖੋਗੇ ਵੀ ਥੋੜ੍ਹੇ ਡਿਫਰੈਂਟ ਮੇਰੇ ਕਿਰਦਾਰ
ਗੁੰਡਾ ਟੱਚ ਵੀ ਆਉਣਗੇ। ਕੀ ਬਾਤ ਹੈ। ਸੋ ਸਾਰੇ ਕਿਰਦਾਰ ਨਿਭਾਵਾਂਗੇ ਔਰ ਰਿਸਪੋਂਸੀਬਿਲਟੀ ਨੂੰ ਪ੍ਰੋਪਰ ਆਪਾਂ ਨਿਭਾ ਰਹੇ ਹਾਂ। ਜ਼ਿਆਦਾ ਗੱਲ ਤੁਹਾਡੀ ਸਹੀ ਵੀ ਕੌਮਿਕ ਹਿੱਸੇ ਆਏ ਆ, ਸੋ ਆਉਣ ਵਾਲੇ ਸਮੇਂ 'ਚ ਹੁਣ ਵੱਖ ਵੱਖ ਕਿਰਦਾਰ ਕਰਾਂਗੇ ਜ਼ਰੂਰ। ਅਸੀਂ ਵੇਟ ਕਰਾਂਗੇ ਭਾਅ ਜੀ ਤੁਹਾਨੂੰ ਹੋਰ ਨਵੇਂ ਡਿਫਰੈਂਟ ਸ਼ੇਡਸ ਵਿੱਚ ਵੇਖਣ ਲਈ। ਸੋ ਮਾਲਵੀ ਜੀ, ਤੁਹਾਡੀ ਵੀ ਪਹਿਲੀ ਡੈਬਿਊ ਹੈ, ਤੁਹਾਡਾ ਦੋਵਾਂ ਦਾ ਡੈਬਿਊ ਹੈ ਪੰਜਾਬੀ ਦੇ ਵਿੱਚ, ਤੁਸੀਂ ਸਾਊਥ ਵਿੱਚ ਬਹੁਤ ਕੰਮ ਕੀਤਾ ਹੈ। ਸੋ ਕਿੰਨਾ ਕੁ ਮਜ਼ਾ ਆਇਆ ਪੰਜਾਬ ਦੇ ਵਿੱਚ ਕੰਮ ਕਰਕੇ? ਤੁਸੀਂ ਸੌਂਗਸ ਕੀਤੇ ਹੈ ਬਟ ਫਿਲਮ ਕਰਕੇ ਕਿੰਨਾ ਕੁ ਮਜ਼ਾ ਆਇਆ? ਬਹੁਤ ਮਜ਼ਾ ਆਇਆ ਬਿਕੋਜ਼ ਮੇਰਾ ਪਹਿਲਾ ਐਕਸਪੀਰੀਅੰਸ ਸੀ ਹੁੰਦਲ ਸਾਹਿਬ ਦਾ। ਮੈਨੂੰ ਫੋਨ ਆਇਆ, ਮੈਂ ਸ਼ੂਟਿੰਗ ਕਰ ਰਹੀ ਸੀ ਉਸ ਵੇਲੇ ਹੈਦਰਾਬਾਦ, ਉਹਨਾਂ ਦਾ ਫੋਨ ਆਇਆ ਕਿ ਫਿਲਮ ਹੈ ਕਰਨੀ ਹੈ, ਤੁਸੀਂ ਆ ਜਾਓ। ਮੈਂ ਉਹਨਾਂ ਨਾਲ ਸਬਜੈਕਟ ਵੀ ਨਹੀਂ ਪੁੱਛਿਆ, ਕੁਛ ਵੀ ਨਹੀਂ ਪੁੱਛਿਆ, ਬਿਕੋਜ਼ ਮੈਂ ਇਹਨਾਂ ਦੀ ਫਿਲਮ ਵੇਖੀ ਸੀ ਕੁਲਚੇ ਛੋਲੇ, ਅਤੇ ਮੈਂ ਬਾਹਲੀ ਇੰਪਰੈਸ ਸੀ। ਤਾਂ ਮੈਂ ਸੋਚਿਆ ਕਿ ਕਰਦੇ ਹਾਂ, ਕੰਮ ਕਰਦੇ ਹਾਂ। ਤਾਂ ਦ ਫਿਲਮ ਦਾ ਕੋਨਸੈਪਟ ਹੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਹੋਰਰ ਕਾਮੇਡੀ ਹੈ, ਅਤੇ ਹੋਰਰ ਕਾਮੇਡੀ ਅੱਜ ਕੱਲ੍ਹ ਕੁਝ ਜ਼ਿਆਦਾ ਹੀ ਟ੍ਰੈਂਡ ਕਰ ਰਹੀ ਹੈ। ਸੋ ਐਂਡ ਮੈਂ ਕਦੀ ਵੀ ਕਾਮੇਡੀ ਜੋਨਰ ਟਰਾਈ ਨਹੀਂ ਕੀਤਾ ਮੇਰੀ ਲਾਈਫ 'ਚ। ਸੋ ਇਹ ਵੈਰੀ ਗੁੱਡ ਐਕਸਪੀਰੀਅੰਸ ਐਂਡ ਪੰਜਾਬ ਤਾਂ ਆਪਣੀ ਧਰਤੀ ਹੈ, ਮੈਨੂੰ ਬਹੁਤ ਮਜ਼ਾ ਆਇਆ ਕੰਮ ਕਰਕੇ। ਸੋ ਮੈਂ ਤੁਹਾਡੇ ਕਿਰਦਾਰ ਬਾਰੇ ਪੁੱਛਣਾ ਚਾਹੂੰਗੀ, ਕਿੱਦਾਂ ਦਾ ਕਿਰਦਾਰ ਹੈ? ਕਿ ਤੁਸੀਂ ਕਾਮੇਡੀ ਕਰ ਰਹੇ ਹੋ ਜਾਂ ਤੁਹਾਡਾ ਦੋਵਾਂ ਦਾ ਲਵ ਐਂਗਲ ਦਿਖਾਇਆ ਗਿਆ ਕੀ ਹੈ? ਅਤੇ ਮੇਰਾ ਕਿਰਦਾਰ ਇਵੇਂ ਹੈ ਕਿ ਮੈਂ ਲੰਡਨ 'ਤੇ ਬੋਰਨ ਹਾਂ, ਅਤੇ ਹੀ ਕਮਸ ਦੇਅਰ ਪੱਕਾ ਹੋਣੇ ਵਾਸਤੇ, ਜਿੱਦਾਂ ਦੀ ਹਰ ਪੰਜਾਬੀ ਫਿਲਮ 'ਚ ਇਹ ਟ੍ਰੈਂਡ ਹੁੰਦਾ ਹੈ। ਬਟ ਕਿਰਦਾਰ ਇਸ ਕੁੜੀ ਦਾ ਇੱਦਾਂ ਦਾ ਹੈ ਕਿ ਵੈਰੀ ਇਮੋਸ਼ਨਲ ਕੈਰੈਕਟਰ ਹੁੰਦਾ ਹੈ, ਅਤੇ ਇਹ ਨਹੀਂ ਦੇਖਦੀ ਕਿ ਮੁੰਡੇ ਕੋਲ ਪੈਸਾ ਹੈਗਾ ਨਹੀਂ ਹੈਗਾ, ਇਹ ਦਿਲ ਦੇਖਦੀ ਹੈ। ਅਤੇ ਬਹੁਤ ਪਿਆਰੀ ਸੀ ਕੈਰੈਕਟਰ ਹੈ ਇਸ ਕੁੜੀ ਦਾ। ਅਤੇ ਤੁਸੀਂ ਇੱਕ ਫਿਲਮ ਵੇਖੋ, ਤੁਹਾਨੂੰ ਮਜ਼ਾ ਆਏਗਾ, 23 ਤਰੀਕ ਨੂੰ ਫਿਲਮ ਵੇਖੋ। ਅਤੇ ਇਸ ਫਿਲਮ 'ਚ ਓਨਲੀ ਨੋਟ ਓਨਲੀ ਕਾਮੇਡੀ ਬਟ ਇਟ ਹੈਜ਼ ਐਵਰੀ ਇਮੋਸ਼ਨ, ਫਰੋਮ ਕਾਮੇਡੀ ਟੂ ਹੋਰਰ ਟੂ ਥ੍ਰਿਲਰ ਟੂ ਰੋਮਾਂਸ, ਇਟਸ ਅ ਬਲੈਂਡ ਆਫ ਐਵਰੀਥਿੰਗ, ਇਟਸ ਅ ਪ੍ਰੋਪਰ ਫੈਮਿਲੀ ਇੰਟਰਟੇਨਰ। ਤੁਸੀਂ ਸਿਨੇਮਾ ਘਰਾਂ 'ਚ ਜਾਓ ਤਾਂ ਵੇਖੋ, ਤੁਹਾਨੂੰ ਮਜ਼ਾ ਆਏਗਾ ਜੀ। ਧੀਰਾ ਜੀ, ਤੁਸੀਂ ਗਾਣਿਆਂ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਐਂਡ ਬਹੁਤ ਸਾਲ ਹੋ ਗਏ ਤੁਹਾਨੂੰ ਇੰਡਸਟਰੀ ਦੇ ਵਿੱਚ, ਐਂਡ ਫਿਲਮੀ ਦੁਨੀਆ ਦੇ ਵਿੱਚ ਹੁਣ ਤੁਹਾਡੇ ਲਈ ਥੋੜ੍ਹਾ ਜਿਹਾ, ਮੈਂ ਨਵਾਂ ਨਹੀਂ ਕਹੂੰਗੀ ਬਿਕੋਜ਼ ਜਿਹੜਾ ਬੰਦਾ ਸਿੰਗਿੰਗ ਕਰ ਸਕਦਾ ਇੱਕ ਆਰਟਿਸਟ ਹੀ ਹੈ, ਹਰ ਇੱਕ ਉਹਨੂੰ ਸਭ ਕੰਮ ਆਉਂਦਾ। ਅਤੇ ਬਟ ਇਹ ਹੈ ਕਿ ਥੋੜ੍ਹਾ ਜ਼ਿਆਦਾ ਲੰਬਾ ਟਾਈਮ, ਬਿਕੋਜ਼ 2-2.5 ਘੰਟੇ ਦੀ ਫਿਲਮ ਹੁੰਦੀ ਹੈ। ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਐਂਡ ਡੈਬਿਊ ਕਰਕੇ ਕਿੰਨਾ ਕੁ ਮਜ਼ਾ ਆਇਆ? ਬਹੁਤ ਵਧੀਆ ਐਕਸਪੀਰੀਅੰਸ ਸੀ ਜੀ। ਸਾਰੇ ਕਲਾਕਾਰ ਬਹੁਤ ਜ਼ਿਆਦਾ ਸੀਨੀਅਰ ਨੇ, ਮੇਰੀ ਇਹ ਪਹਿਲੀ ਫਿਲਮ ਹੈ, ਪਰ ਜਿੰਨੇ ਆਰਟਿਸਟ ਜਿੰਨੇ ਸੀਨੀਅਰ ਕਲਾਕਾਰ ਆ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਅਨੀਤਾ ਦੇਵਗਨ ਜੀ, ਇਫਤਕਾਰ ਠਾਕਰ ਸਾਹਿਬ ਪਾਕਿਸਤਾਨ ਵਾਲੇ, ਅਰਵਿੰਦਰ ਮਣ ਜੀ, ਦੀਦਾਰ ਗਿੱਲ ਜੀ, ਸੋ ਹੁੰਦਲ ਸਾਹਿਬ ਨੇ 8-10 ਵੱਡੀਆਂ ਫਿਲਮਾਂ ਕੀਤੀਆਂ। ਸੋ ਇਹਨਾਂ ਦਾ ਜਿਹੜਾ ਤਜ਼ਰਬਾ ਸੀ, ਜੋ ਇਹਨਾਂ ਤੋਂ ਮੈਂ ਫਿਲਮ ਕਰਕੇ ਬਹੁਤ ਕੁਛ ਸਿੱਖਿਆ, ਔਰ ਜਿਹੜੇ ਇੰਨੇ ਸਾਲ ਅਸੀਂ ਇੰਡਸਟਰੀ 'ਚ ਵਿਚਰੇ ਹੁੰਦੇ ਹਾਂ ਜਾਂ ਇੰਨੇ ਸਾਲ ਮਿਹਨਤ ਕੀਤੀ ਹੁੰਦੀ, ਉਹ ਇੱਕ ਮੌਕਾ ਮਿਲ ਜਾਂਦਾ, ਪਲੇਟਫਾਰਮ ਦਿੱਤਾ ਮੈਨੂੰ ਹੁੰਦਲ ਸਾਹਿਬ ਹੋਣਾ ਨੇ, ਬਗੀਚਾ ਸਿੰਘ ਸੰਧੂ ਭਾਅ ਜੀ ਔਰ ਬੌਬੀ ਸੰਧੂ ਜੀ ਹੋਣਾ ਨੇ, ਉਹ ਤਹਿ ਦਿਲ ਤੋਂ ਧੰਨਵਾਦ ਆ ਵੀ ਇੰਨਾ ਸੋਹਣਾ ਪ੍ਰੋਜੈਕਟ ਬਣਾ ਕੇ, ਇੰਨਾ ਸੋਹਣਾ ਕੰਟੈਂਟ ਬਣਾ ਕੇ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਕਮੇਡੀ ਵੀ ਹੈ, ਹੋਰਰ ਕਮੇਡੀ ਹੈ। ਆਪਾਂ ਦੇਖਦੇ ਹਾਂ ਵੀ ਡਰਾਉਣ ਵਾਲੇ ਭੂਤ ਹੁੰਦੇ, ਇਹਦੇ 'ਚ ਹਸਾਉਣ ਵਾਲੇ ਭੂਤ ਨੇ। ਸੋ ਬੜਾ ਮਜ਼ਾ ਆਊਗਾ ਤੁਹਾਨੂੰ ਜੀ, 23 ਤਰੀਕ ਨੂੰ ਤੁਸੀਂ ਪਹੁੰਚੋ ਥੀਏਟਰਸ ਦੇ ਵਿੱਚ। ਹਾਏ ਬੀਬੀ ਕਿੱਥੇ ਫਸ ਗਏ, ਦੇਖੋ, ਆਪਣੇ ਕਮੈਂਟਸ ਸਾਨੂੰ ਭੇਜੋ ਤੁਹਾਨੂੰ ਕਿਵੇਂ ਲੱਗੀ, ਤਾਂ ਜੋ ਅੱਗੇ ਤੋਂ ਵੀ ਅਸੀਂ ਹੋਰ ਵਧੀਆ ਕੰਮ ਕਰ ਸਕੀਏ ਜੀ। ਭਾਅ ਜੀ, ਜਦੋਂ ਲਾਈਕ ਲੰਬੇ ਸਮੇਂ ਤੋਂ ਕੰਮ ਕਰਦੇ ਆ ਨਾ, ਜਿੱਦਾਂ ਮੈਂ ਕਿਹਾ ਕਿ ਡੈਬਿਊ ਹੈ ਫਿਲਮ ਨੂੰ ਲੈ ਕੇ, ਉਹ ਪੁਸ਼ ਕਿੰਨੇ ਦਿੱਤਾ ਕਿ ਨਹੀਂ ਹੁਣ ਇੱਕ ਟਾਈਮ ਹੈ ਤੈਨੂੰ ਫਿਲਮਾਂ ਦੇ ਵਿੱਚ ਉਤਰਨਾ ਚਾਹੀਦਾ, ਉਹ ਪੁਸ਼ ਦਾ ਮਤਲਬ ਤੁਸੀਂ ਕਿਹਨੂੰ ਸਹਿਰਾ ਬਣਨਾ ਚਾਹੋਗੇ? ਭਾਅ ਜੀ ਗਿੱਲ ਸਾਹਿਬ ਕਹਿੰਦੇ ਤੂੰ ਗੱਲਾਂ ਬਹੁਤ ਲੰਬੀਆਂ ਕਰ ਲਈਆਂ। ਅਸਲ 'ਚ ਕੀ ਹੁੰਦਾ ਨਾ, ਬੜਾ ਲੰਮਾ ਸਮਾਂ ਤੈਅ ਕਰਕੇ ਇੱਥੇ ਆਏ ਹਾਂ ਜੀ,
ਮੈਂ ਇੱਥੇ ਇੱਕ ਜ਼ਿਕਰ ਕਰੂੰਗਾ, ਭਾਅ ਜੀ ਨੇ ਨਾ ਮਾਈਨਿੰਗ ਫਿਲਮ ਕੀਤੀ ਲਾਸਟ ਈਅਰ, ਪਤਾ ਹੋਣਾ ਜੀ, ਅਤੇ ਉਹਦੇ 'ਚ ਮੇਰਾ ਇੱਕ ਨਾ ਪਹਿਲਾਂ ਇਹਨਾਂ ਨੇ ਕਰੈਕਟਰ ਰੱਖਿਆ, ਕਹਿੰਦੇ ਵੀ ਆਹ ਤਿਆਰੀ ਕਰ ਤੂੰ, ਅਤੇ ਆਪਾਂ ਆਹ ਕਰੈਕਟਰ ਜਿਹੜਾ ਵਾ ਸੈਕਿੰਡ ਲੀਡ ਤੂੰ ਕਰਨਾ। ਮੈਂ ਹੀ 6 ਮਹੀਨੇ ਮਿਹਨਤ ਕਰਦੇ ਰਹੇ ਗਿੱਲ ਸਾਹਿਬ ਹੁਣਾਂ ਨੂੰ, ਪਤਾ ਸਾਰੀ ਤਿਆਰੀ ਕੀਤੀ, ਪ੍ਰੈਕਟਿਸ ਹੋਈ, ਸਾਰਾ ਕੁਛ ਹੋਇਆ, ਫਿਰ ਇੱਕਦਮ ਜਦੋਂ ਫਿਲਮ ਸ਼ੁਰੂ ਹੋਣੀ ਸੀ ਅਤੇ 2 ਕੁ ਦਿਨ ਪਹਿਲਾਂ ਭਾਅ ਜੀ ਕਹਿੰਦੇ ਵੀ ਤੂੰ ਰਹਿਣ ਦੇ, ਤੂੰ ਨਹੀਂ ਫਿਲਮ ਕਰ ਰਿਹਾ। ਮੈਂ ਕਿਹਾ ਛੇ ਮਨ 'ਚ ਸੋਚਿਆ ਗਿੱਲ ਸਾਹਿਬ ਨੂੰ, ਕਿਹਾ ਮੈਂ ਕਿਹਾ ਭਾਅ ਜੀ ਨੇ ਯਾਰ ਚੰਗੀ ਕੀਤੀ ਆਪਣੇ ਨਾਲ, ਵੀ ਇੰਨੀ ਮਿਹਨਤ ਕਰਾ ਕੇ 6 ਮਹੀਨੇ ਹੁਣ ਕਹਿੰਦੇ ਤੂੰ ਨਹੀਂ ਕਰ ਰਿਹਾ ਕੰਮ, ਅਤੇ ਮਨ ਦੇ ਵਿੱਚ ਉਦਾਸੀ ਜੀ ਵੀ ਆਈ, ਪਰ ਸਾਡੇ ਤੋਂ ਸੀਨੀਅਰ ਨੇ, ਵੱਡੇ ਹੈ ਨਾ, ਰਿਸਪੈਕਟਫੁੱਲ ਹਸਤੀ ਨੇ ਸਿਨੇਮੇ ਦੀ, ਸੋ ਮੈਂ ਭਾਅ ਜੀ ਨੂੰ ਕੁਛ ਕਿਹਾ ਨਹੀਂ। ਅਤੇ ਗਾਣੇ ਭਾਅ ਜੀ ਕਰ ਰਹੇ ਸੀ ਮੇਰੇ, ਕਾਫੀ ਮੇਰੇ ਗਾਣੇ ਕੀਤੇ, ਅਸੀਂ ਰਸ਼ੀਆ ਸ਼ੂਟ ਕੀਤੇ, ਯੂਕਰੇਨ ਕੀਤੇ, ਅਸੀਂ ਇੰਗਲੈਂਡ ਸ਼ੂਟਿੰਗ 'ਤੇ ਗਏ ਹੋਏ ਸੀ ਗਾਣਿਆਂ ਦੀ, ਅਤੇ ਉੱਥੇ ਕਰਦਿਆਂ ਕਰਦਿਆਂ ਭਾਅ ਜੀ ਨੇ ਇਹ ਕੰਸੈਪਟ ਸਾਂਝਾ ਕੀਤਾ ਪ੍ਰੋਡਿਊਸਰ ਸਾਹਿਬ ਹੋਣਾ ਨਾਲ, ਅਤੇ ਉਹ ਕਹਿੰਦੇ ਜੀ ਆਪਾਂ ਫਿਲਮ ਕਰਦੇ ਹਾਂ, ਕਾਸਟਿੰਗ ਹੋ ਗਈ ਜੀ, ਸਾਰਾ ਕੁਛ ਹੋ ਗਿਆ। ਮੈਂ ਤਾਂ ਸੋਚਿਆ ਵੀ ਨਹੀਂ ਸੀ ਵੀ ਮੈਨੂੰ ਲੀਡ ਕਰਵਾਉਣਗੇ ਜਾਂ ਮੈਨੂੰ ਕਰੈਕਟਰ ਵੀ ਕਰਵਾਉਣਗੇ, ਹਕੀਕਤ ਇਹ ਦੱਸਾਂ। ਪ੍ਰੈਕਟਿਸ ਕਰ ਰਹੇ ਸੀ ਕਈ ਸਾਲਾਂ ਤੋਂ, ਥੀਏਟਰ ਕੀਤਾ ਮੈਂ 4-5 ਸਾਲ ਪੰਜਾਬ ਰੰਗਮੰਚ ਦੇ ਨਾਲ, ਨਾਟਸ਼ਾਲਾ ਅੰਮ੍ਰਿਤਸਰ ਕਰਦੇ ਰਹੇ ਜੀ ਕਾਲਜ ਟਾਈਮ, ਸਕੂਲ ਟਾਈਮ। ਸੋ ਜਦੋਂ ਕਾਸਟਿੰਗ ਹੋ ਗਈ ਅਤੇ ਪ੍ਰੋਡਿਊਸਰ ਸਾਹਿਬ ਜਾਂ ਸਾਰੀ ਟੀਮ ਕਹਿੰਦੀ ਵੀ ਲੀਡ ਕੌਣ ਕਰ ਰਿਹਾ, ਮੇਨ ਕਰੈਕਟਰ, ਕਹਿੰਦੇ ਜੀ ਧੀਰਾ ਕਰ ਰਿਹਾ ਜੀ। ਸੋ ਮੇਰੇ ਵਾਸਤੇ ਉਹ ਟਾਈਮ ਮੈਨੂੰ ਹੁਣ ਵੀ ਸਬਰ ਦਾ ਫਲ ਮਿੱਠਾ ਹੋਇਆ ਬਹੁਤ ਜ਼ਿਆਦਾ। ਤੇ ਭਾਜੀ ਕਹਿੰਦੇ ਹੁਣ ਤੈਨੂੰ ਪਤਾ ਲੱਗਿਆ ਵੀ ਉਹ ਫਿਲਮ ਕਿਉਂ ਨਹੀਂ ਕਿਉਂ ਛਡਵਾਈ, ਜੇ ਤੂੰ ਉਹ ਕਰ ਲੈਂਦਾ ਤੇ ਸ਼ਾਇਦ ਆਹ ਫਿਲਮ ਨਹੀਂ ਸੀ ਇਸ ਲੈਵਲ ਤੇ ਕਰ ਸਕਦਾ। ਸੋ ਕਈ ਵਾਰੀ ਸਾਡੀ ਸੋਚ ਓਨੀ ਕੁ ਹੁੰਦੀ, ਅਸੀਂ ਇਹ ਸੋਚ ਲੈਂਦੇ ਵੀ ਯਾਰ ਅਸੀਂ ਪਤਾ ਨਹੀਂ ਕੁਛ ਗਵਾ ਲਿਆ ਕੁਛ ਛੱਡ ਕੇ, ਪਰ ਪਰਮਾਤਮਾ ਨੇ ਜਾਂ ਤੁਹਾਡੇ ਨਾਲ ਜਿਹੜੇ ਤੁਹਾਡੇ ਸ਼ੁਭ ਚਿੰਤਕ ਹੁੰਦੇ ਉਹਨਾਂ ਨੇ ਤੁਹਾਡੇ ਲਈ ਹੋਰ ਚੰਗਾ ਸੋਚਿਆ ਹੁੰਦਾ, ਤੁਹਾਨੂੰ ਚਾਹੁਣ ਵਾਲੇ, ਪਿਆਰ ਕਰਨ ਵਾਲੇ, ਕਈ ਵਾਰੀ ਤੁਹਾਨੂੰ ਹੋਰ ਵੱਡੀ ਜਗ੍ਹਾ ਤੇ ਸੋਚਦੇ ਹੁੰਦੇ ਆ, ਤੇ ਕਈ ਵਾਰੀ ਇਹੀ ਸੋਚ ਲੈਂਦੇ ਵੀ ਪਤਾ ਨਹੀਂ ਸਾਡੇ ਪ੍ਰਤੀ ਕੋਈ ਕੀ ਸੋਚਦਾ। ਬਿਲਕੁਲ। ਸੋ ਤਹਿ ਦਿਲ ਤੋਂ ਧੰਨਵਾਦ ਹੁੰਦਲ ਸਾਹਿਬ ਦਾ, ਦੀਦਾਰ ਗਿੱਲ ਭਾ ਉਹਨਾਂ ਦਾ, ਇਹਨਾਂ ਦੀ ਸੰਗਤ ਕੀਤੀ। ਮੈਂ ਅੱਗੇ ਇੱਕ ਸ਼ੇਰ ਪੜ੍ਹ ਕੇ ਹਟਿਆ ਸੀ, ਭਾਅ ਜੀ ਮੈਂ ਮਾਈਕ ਥੋੜ੍ਹਾ ਨੇੜ ਦਊਂਗਾ ਤੁਹਾਨੂੰ। ਕਾਵਿ ਦੇ ਲਈ ਮੱਥੇ ਵਿੱਚ ਕਾਵਿ ਦੀ ਲਕੀਰ ਹੋਵੇ ਫਿਰ ਮਹਾਂਕਵੀਆਂ ਦਾ ਸੰਗ ਹੋਣਾ ਚਾਹੀਦਾ। ਇਹ ਬਜੇ ਹੋਏ ਕਲਾਕਾਰ ਨੇ, ਇਹਨਾਂ ਦੀ ਸੰਗਤ ਮੈਂ ਕੀਤੀ ਹੁੰਦਲ ਸਾਹਿਬ ਦੀ, ਜਾਂ ਉਹ ਬਹੁਤ ਸਾਲ ਇਹਨਾਂ ਦੀ ਸੰਗਤ ਕੀਤੀ, ਉਹਦਾ ਨਤੀਜਾ ਕਹਿ ਲਓ। ਉਹ ਕਵੀ ਲਿਖਦੇ ਵੀ ਕਾਵਿ ਦੇ ਲਈ ਮੱਥੇ ਵਿੱਚ ਕਾਵਿ ਦੀ ਲਕੀਰ ਹੋਵੇ ਫਿਰ ਮਹਾਂਕਵੀਆਂ ਦਾ ਸੰਗ ਹੋਣਾ ਚਾਹੀਦਾ, ਬਿਰਤੀ ਇਕਾਗਰ ਉਜਾਗਰ ਦਿਮਾਗ ਹੋਵੇ, ਮੈਲਹੀਨ ਮਨ ਸ਼ੁੱਧ ਗੰਗ ਹੋਣਾ ਚਾਹੀਦਾ, ਰਾਗ ਰਸ ਰੀਤ ਤੇ ਪਦਾਰਥ ਦਾ ਬੋਧ ਹੋਵੇ, ਕਵਿਤਾ ਦੇ ਵਿੱਚ ਨਵ ਰੰਗ ਹੋਣਾ ਚਾਹੀਦਾ, ਬ੍ਰਹਮ ਦੇਵ ਕਵੀ ਕੋਈ ਕਲਾ ਪ੍ਰਵੀਨ ਹੋਵੇ ਪਰ ਉਹਨੂੰ ਅੰਦਰੋਂ ਮਲੰਗ ਹੋਣਾ ਚਾਹੀਦਾ। ਕੀ ਬਾਤ ਹੈ। ਸੋ ਕਈ ਵਾਰੀ ਪ੍ਰਮਾਤਮਾ ਕੀ ਹੈ ਸਾਡੇ ਵਰਗਿਆਂ ਨੂੰ ਭਾਗ ਲਾ ਦਿੰਦਾ, ਤੋ ਸ਼ੁਕਰਾਨਾ ਵਾਹਿਗੁਰੂ ਜੀ ਦਾ। ਭਾਜੀ ਤੁਹਾਡੀ ਬਹੁਤ ਤਾਰੀਫ ਹੋ ਗਈ, ਡਾਈਜੈਸਟ ਹੋ ਗਈ, ਬਿਕੋਜ਼ ਨਾ ਜਦੋਂ ਕਾਮੇਡੀਅਨ ਬੰਦੇ ਦੀ ਜਦੋਂ ਤਾਰੀਫ ਹੁੰਦੀ ਹੈ ਨਾ, ਚੰਗੇ ਬੰਦੇ ਨੂੰ ਵੀ ਮਿੰਟ 'ਚ ਉਹਦਾ ਯਾਦ ਆ ਕੇ ਰੱਖ ਦਿੰਦੇ। ਹੁਣ ਤੁਸੀਂ ਕੁਛ ਕਹਿਣਾ ਦੱਸੋ। ਨਹੀਂ ਨਹੀਂ ਕਹਿਣਾ ਤਾਂ ਕੀ ਆ, ਹੀਰੋ ਹੀਰੋ ਸਾਡੇ ਹੀਰੋ ਸਾਹਿਬ ਨੇ। ਸੋ ਤਾਂ ਕਰਕੇ ਆ ਵੀ ਫਿਲਮ ਬਹੁਤ ਸੋਹਣੀ ਬਣੀ ਹੋਈ ਹੈ, ਗੁਰੂ ਸਾਹਿਬ ਕਿਰਪਾ ਕਰਨੇ ਵੀ ਹੀਰੋ ਬਣਾਉਣ ਵਾਲੇ ਭਰਾ ਨੇ, ਪਸੰਦ ਆਊਗੀ ਸਾਰਿਆਂ ਨੂੰ, ਹੈ ਨਾ। ਵੇਖੋ ਪ੍ਰੋਜੈਕਟ ਚੱਲਣਾ ਨਾ ਚੱਲਣਾ ਪਰਮਾਤਮਾ ਦੇ ਹੱਥ ਵਸ ਆ, ਆਡੀਅੰਸ ਦੀ ਮਰਜ਼ੀ ਆ, ਪਰ ਇਹ 'ਚ ਮਿਹਨਤ ਵੱਲੋਂ ਕੋਈ ਕਮੀ ਨਹੀਂ। ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਮੱਦੇ ਨਜ਼ਰ ਰੱਖਿਆ ਗਿਆ, ਡਾਇਰੈਕਸ਼ਨ ਪੁਆਇੰਟ ਆਫ ਵਿਊ ਨਾਲ ਜਾਂ ਰਾਈਟਿੰਗ ਪੁਆਇੰਟ ਆਫ ਵਿਊ ਨਾਲ, ਵੀ ਸਾਰੀਆਂ ਚੀਜ਼ਾਂ ਬਹੁਤ ਧਿਆਨ 'ਚ ਰੱਖ ਕੇ ਬਣਾਈਆਂ ਗਈਆਂ, ਵੀ ਹਰੇਕ ਵਰਗ ਦੇ ਲੋਕਾਂ ਨੂੰ ਇਹ ਜਿਹੜੀ ਆ ਪਸੰਦ ਆਵੇ ਫਿਲਮ। ਸੋ ਬਹੁਤ ਸੋਹਣਾ ਪ੍ਰੋਜੈਕਟ ਬਣਿਆ, ਗੁਰੂ ਸਾਹਿਬ ਕਿਰਪਾ ਕਰਨ ਵੀ ਸਾਰਿਆਂ ਨੂੰ।
ਪਸੰਦ ਆਊਗਾ ਜੀ। ਭਾਅ ਜੀ ਤੁਸੀਂ ਵਿਊਅਰਸ ਦੀ ਗੱਲ ਕੀਤੀ ਕਿ ਅਸੀਂ ਆਪਣੀ ਪੂਰੀ ਮਿਹਨਤ ਲਾ ਦਈਏ ਫਿਲਮ ਦੇ ਵਿੱਚ, ਫਿਲਮ ਚੱਲੇ ਨਾ ਚੱਲੇ ਉਹ ਗੁਰੂ ਦੇ ਹੱਥ ਵਿੱਚ ਹੈ ਅਤੇ ਵਿਊਅਰਸ ਦੇ ਹੱਥ ਵਿੱਚ ਹੈ, ਬਟ ਜਦੋਂ ਇੰਨੀ ਮਿਹਨਤ ਦੇ ਬਾਅਦ ਫਿਲਮ ਨੂੰ ਹੁੰਗਾਰਾ ਨਹੀਂ ਮਿਲਦਾ, ਖਾਸ ਕਰ ਮੈਂ ਅਗਰ ਆਪਣੀ ਇੰਡਸਟਰੀ ਦੀ ਗੱਲ ਕਰਾਂ, ਮੈਂ ਬੋਲੀਵੁੱਡ ਤੱਕ ਮੈਂ ਕੰਪੈਰੀਜ਼ਨ ਨਹੀਂ ਕਰ ਰਹੀ ਹਾਂ, ਬਟ ਇੱਕ ਬੜੀ ਬੇਸਿਕ ਜੀ ਗੱਲ ਹੈ, ਜਦੋਂ ਉੱਧਰ ਵੀ ਨਿਊ ਕਮਰਸ ਕੰਮ ਕਰਦੇ ਆ ਨਾ, ਹੁੰਗਾਰਾ ਉੱਧਰ ਮਿਲਦਾ ਹੈ, ਪਹਿਚਾਣ ਵੀ ਨਹੀਂ ਹੁੰਦੀ ਆਰਟਿਸਟ ਦੀ, ਬਟ ਆਪਣੇ ਇੱਥੇ ਕੀ ਹਾਲੇ ਵੀ ਇੱਦਾਂ ਦੀ ਕਮੀ ਰਹੀ ਜਾਂਦੀ ਹੈ? ਨਹੀਂ ਪਰ ਹੁਣ ਤਾਂ ਬੜੀ ਕਿਰਪਾ ਗੁਰੂ ਸਾਹਿਬ ਦੀ, ਤੁਸੀਂ ਪੰਜਾਬੀਆਂ ਫਿਲਮਾਂ, ਪੰਜਾਬੀ ਫਿਲਮਾਂ ਪਿਛਲੇ ਸਮੇਂ 'ਚ ਵੇਖੀਆਂ ਬਹੁਤ ਵੀਰਾਂ ਨੇ ਜਿਹੜੀਆਂ ਫਸਟ ਟਾਈਮ ਜਿੱਦਾਂ ਲੀਡ ਕੀਤੀਆਂ, ਹੁਣ ਤਾਂ ਰਿਪੀਟ ਰਿਪੀਟ ਹੋ ਰਹੀਆਂ ਫਿਲਮਾਂ ਹਨਾ, ਅਤੇ ਉਹ ਵਧੀਆ ਪੰਜਾਬੀ ਆਡੀਅੰਸ ਨੇ ਬਹੁਤ ਉਹਨਾਂ ਨੂੰ ਪਿਆਰ ਦਿੱਤਾ, ਸਾਰਿਆਂ ਨੇ ਅਕਸੈਪਟ ਕੀਤਾ ਐਂਡ ਵਧੀਆ ਬਿਜ਼ਨਸ ਕੀਤਾ ਉਹਨਾਂ ਫਿਲਮਾਂ ਨੇ, ਅਤੇ ਤਾਂ ਕਰਕੇ ਇਹ ਆ ਵੀ ਜਦੋਂ ਕੰਟੈਂਟ ਤੁਹਾਡਾ ਚੰਗਾ ਹੋਊਗਾ ਅਤੇ ਲੋਕ ਪਿਆਰ ਕਰਦੇ, ਐਡੇ ਪਾਗਲ ਥੋੜ੍ਹਾ ਲੋਕ ਵੀ, ਜੇ ਤੁਸੀਂ ਬਹੁਤ ਚੰਗੀ ਚੀਜ਼ ਵੀ ਉਹਨਾਂ ਨੂੰ ਦੇ ਰਹੇ ਹੋ ਤਾਂ ਉਹ ਕਹਿਣਗੇ ਵੀ ਨਹੀਂ ਅਸੀਂ ਨਹੀਂ ਵੇਖਣੀ। ਸੋ ਕਈ ਵਾਰ ਕਮੀਆਂ ਰਹਿ ਜਾਂਦੀਆਂ ਬਣਾਉਣ 'ਚ, ਹੁਣ ਚੈੱਕ ਕਰੀਏ ਨਾ, ਵੇਖੋ ਕਿਸੇ ਵੀ ਬੰਦੇ ਨੇ ਕੋਈ ਗਾਣਾ ਬਣਾਇਆ ਜਾਂ ਪ੍ਰੋਜੈਕਟ ਬਣਾਇਆ, ਹੁਣ ਆਪਣੇ ਮੂੰਹ ਕਿਤਨਾ ਆਖੇ ਵੀ ਮੇਰੇ ਕੋਲ ਕਮੀਆਂ ਰਹਿ ਗਈਆਂ ਤਾਂ ਤੁਸੀਂ ਖਿਆਲ ਰੱਖਿਓ, ਇੱਦਾਂ ਤਾਂ ਕਹਿ ਨਹੀਂ ਸਕਦਾ ਉਹ ਉਹਨਾਂ ਦੇ, ਅਤੇ ਮਾੜੇ ਨੂੰ ਵੀ ਵਧੀਆ ਕੋਈ ਜਿਹਦੀ ਦੁਕਾਨਦਾਰੀ ਆ ਕੋਈ ਇਹ ਵੀ ਚੀਜ਼ ਦੀ, ਅਗਲੇ ਨੇ ਕਹਿਣਾ ਵੀ ਮੇਰਾ ਜਿਹੜਾ ਸਮਾਨ ਹੈ ਸਭ ਤੋਂ ਬੈਸਟ ਆ, ਨਾ ਇੱਦਾਂ ਦੀ ਕੋਈ ਸਟੋਰੀ ਆਈ ਹੈ, ਨਾ ਇੱਦਾਂ ਦੀ ਕੋਈ ਫਿਲਮ ਬਣੀ ਆ, ਮੈਂ ਸਾਰੀਆਂ ਚੀਜ਼ਾਂ ਧਿਆਨ 'ਚ ਰੱਖੀਆਂ, ਹਰ ਬੰਦੇ ਨੇ ਇਹ ਗੱਲ ਕਹਿਣੀ ਆ, ਪਰ ਇਹ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ। ਸੋ ਤਾਂ ਕਰਕੇ ਜਦੋਂ ਤੁਸੀਂ ਚੰਗਾ ਕੰਟੈਂਟ ਬਣਾਉਂਦੇ, ਜੇ ਤੁਹਾਡੇ ਕੋਲ ਚੰਗੀ ਕਾਸਟਿੰਗ ਆ, ਵਧੀਆ ਮੇਕਰ ਨੇ ਫਿਲਮ ਬਣਾਈ ਆ, ਤੇ ਲੋਕ ਪਿਆਰ ਦਿੰਦੇ ਆ, ਔਰ ਪਿਛਲੇ ਸਮੇਂ 'ਚ ਤੁਸੀਂ ਵੇਖਿਆ ਬਹੁਤ ਪਿਆਰ ਦਿੰਦੇ ਜੀ ਜੀ। ਤੁਸੀਂ ਚੰਗੇ ਕੰਟੈਂਟ ਦੀ ਗੱਲ ਕਰ ਰਹੇ ਹੋ ਭਾਅ ਜੀ, ਸੋਸ਼ਲ ਮੀਡੀਆ ਦੀ ਅਗਰ ਮੈਂ ਗੱਲ ਕਰਾਂ, ਤੁਸੀਂ ਬਹੁਤ ਸੇ ਲੋਕਾਂ ਨੂੰ ਇਨਫਲੂਐਂਸ ਕਰਦੇ ਹੋ, ਹੱਸਣ ਦੀ ਵਜ੍ਹਾ ਦਿੰਦੇ ਹੋ, ਸ਼ਾਇਦ ਤੁਹਾਡੇ ਤੋਂ ਇਨਫਲੂਐਂਸ ਹੋ ਕੇ ਬਹੁਤ ਲੋਕਾਂ ਨੇ ਕਾਮੇਡੀ ਵੀ ਸ਼ੁਰੂ ਕੀਤੀ ਹੋਣੀ ਆ, ਅਤੇ ਅੱਜ ਕੱਲ੍ਹ ਇੱਦਾਂ ਹੈ ਕਿ ਇੱਕ ਇਨਫਲੂਐਂਸਿੰਗ ਦੇ ਆੜ ਦੇ ਵਿੱਚ ਨਾ ਬਹੁਤ ਨੈਗੇਟਿਵ ਪਬਲਿਸਿਟੀ ਐਂਡ ਨੈਗੇਟਿਵ ਚੀਜ਼ਾਂ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਜਾਂਦੀਆਂ, ਜਿਸ ਕਰਕੇ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦੀਆਂ, ਲੋਕਾਂ ਨੂੰ ਚੰਗੀ ਚੀਜ਼ ਅੱਜ ਕੱਲ੍ਹ ਘੱਟ ਪਸੰਦ ਆਉਂਦੀ ਹੈ, ਬਟ ਮਾੜੀ ਚੀਜ਼ ਲੋਕ ਜਲਦੀ ਕੈਚ ਕਰਦੇ ਆ। ਵੇਖੋ ਹਰ ਇੱਕ ਚੀਜ਼ ਨੂੰ ਵੇਖਣ ਦਾ ਨਜ਼ਰੀਆ ਹੈ ਲੋਕਾਂ ਦਾ, ਪਰ ਜਿਹੜਾ ਚੰਗੀ ਚੀਜ਼ ਹੈ ਉਹ ਜ਼ਿਆਦਾ ਟਾਈਮ ਲੁਕੀ ਨਹੀਂ ਰਹਿ ਸਕਦੀ, ਉਹਨੂੰ ਕਿੰਨਾ ਕੁ ਚਿਰ ਪਿੱਛੇ ਕਰ ਲਓਗੇ ਵੀ ਮਾੜੀਆਂ ਚੀਜ਼ਾਂ ਵਿਖਾ ਕੇ ਜਾਂ ਮਾੜੀਆਂ ਚੀਜ਼ਾਂ ਨੂੰ ਪ੍ਰਮੋਟ ਕਰਕੇ। ਸੋ ਉਹਦੀ ਵਾਰੀ ਆਉਣੀ ਆਉਣੀ, ਲੇਟ ਹੋ ਸਕਦਾ ਪਰ ਇੱਦਾਂ ਨਹੀਂ ਹੋ ਸਕਦਾ ਵੀ ਚੰਗਿਆਈ ਦੀ ਵਾਰੀ ਨਹੀਂ ਕਦੀ ਆਊਗੀ, ਵੀ ਤੁਹਾਡੇ ਕੋਲ ਕੰਟੈਂਟ ਚੰਗਾ ਆ, ਤੁਸੀਂ ਵਧੀਆ ਪਰਫੋਰਮ ਕਰਦੇ ਅਤੇ ਤੁਸੀਂ ਦੱਬ ਕੇ ਹੀ ਰਹਿ ਜਾਓਗੇ, ਇੱਦਾਂ ਨਹੀਂ ਹੋ ਸਕਦਾ, ਟਾਈਮ ਲੱਗ ਸਕਦਾ। ਸੋ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਵੀ ਮਾੜੀ ਚੀਜ਼ ਵੀ ਕੋਈ ਵੱਧ ਪ੍ਰਮੋਟ ਹੋ ਜਾਂਦੀ ਹੈ ਜਾਂ ਕਿੱਦਾਂ, ਮੈਂ ਤਾਂ ਕਈ ਵਾਰ ਉਹ 'ਚ ਵੀ ਸਮਝਦਾ ਵੀ ਉਹ ਕਿਸਮਤ 'ਚ ਲਿਖਾ ਕੇ ਆਏ ਆ ਲੋਕ, ਵੀ ਉਹਨਾਂ ਦੇ ਕਰਮਾਂ 'ਚ ਮਹਾਰਾਜ ਨੇ ਬਹੁਤ ਵੱਡੇ ਲੈਵਲ 'ਤੇ ਫੇਮ ਲਿਖਿਆ ਆ, ਤਾਂ ਕਰਕੇ ਹੀ ਇੰਨੀ ਤਾਂ ਵੇਖੋ ਇੱਥੇ ਫਿਰ ਗੱਲ ਤਾਂ ਉਹ ਵੀ ਕਿੰਨੀ ਕਿੰਨੀ ਲੋਕ ਮਿਹਨਤ ਵੀ ਕਰਦੇ ਅਤੇ ਕਈ ਵਾਰ ਸਾਹਮਣੇ ਨਹੀਂ ਆ ਪਾਉਂਦੇ, ਅਤੇ ਕੋਈ ਬੇਹੂਦਾ ਜੀ ਗੱਲ ਕਰਕੇ ਜੇ ਸਾਹਮਣੇ ਆ ਜਾਂਦਾ ਮੰਨ ਲਓ। ਸੋ ਉਹ ਇਹ ਕੁਦਰਤ ਦੀ ਵਡਿਆਈ ਕਹਿ ਸਕਦੇ ਹਾਂ ਵੀ ਮਹਾਰਾਜ ਨੇ ਉਹਨੂੰ ਨਵਾਜਿਆ ਉਸ ਚੀਜ਼ ਦੇ ਨਾਲ, ਵੀ ਉਹਨੂੰ ਉਹ ਚੀਜ਼ ਉਹਨੇ ਦੇ ਹੀ ਦੇਣੀ ਕਿਸੇ ਨਾ ਕਿਸੇ ਤਰੀਕੇ ਟਾਹਣੀ ਨਹੀਂ ਹੋ ਕੇ। ਸੋ ਤਾਂ ਕਰਕੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਸੋ ਹਰ ਬੰਦਾ ਆਪਦੀ ਮਿਹਨਤ ਕਰ ਰਿਹਾ, ਪਰ ਇਹ ਵੀ ਚੰਗਾ ਕੰਟੈਂਟ ਚੰਗਾ ਟੈਲੈਂਟ ਉਹ ਲੁਕਿਆ ਨਹੀਂ ਰਹਿ ਸਕਦਾ, ਟਾਈਮ ਲੱਗ ਸਕਦਾ ਪਰ ਉਹ ਸਾਹਮਣੇ ਆਉਣਾ ਹੀ ਆਉਣਾ, ਇਹ ਫਾਈਨਲ ਹੈ ਜੀ। ਜੀ ਸੋ ਮਾਲਵੀ ਜੀ, ਤੁਸੀਂ ਸਾਊਥ ਵਿੱਚ ਵੀ ਬਹੁਤ ਕੰਮ ਕਰਦੇ ਹੈ, ਮੈਂ ਤੁਹਾਨੂੰ ਪੁੱਛ ਜਾਊਂਗੀ ਤੁਹਾਡੇ ਨੈਕਸਟ ਪ੍ਰੋਜੈਕਟਸ ਬਾਰੇ ਕਿ ਪੰਜਾਬ ਦੇ ਵਿੱਚ ਹੋਰ ਵੀ ਕੋਈ ਫਿਲਮ ਆ ਰਹੀ ਹੈ, ਐਂਡ ਸਭ ਤੋਂ ਮੇਨ ਚੀਜ਼ ਕਿ ਡਬਿੰਗ ਅਸੀਂ ਨਾ ਸੁਣਦੇ ਹਾਂ ਕਿ ਕਿਸੇ ਹੋਰ ਤੋਂ ਹੁੰਦੀ, ਤੁਸੀਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਤੁਸੀਂ ਡਬਿੰਗ ਆਪ ਕਰਦੇ ਹੋ ਜਾਂ ਫਿਰ ਨਹੀਂ?
ਹਾਂਜੀ ਮੈਂ ਆਪ ਕੀਤੀ ਹੈ ਇਸ ਫਿਲਮ 'ਚ ਡੱਬਿੰਗ, ਅਤੇ ਮੈਨੂੰ ਪੰਜਾਬੀ ਆਉਂਦੀ ਹੈ ਬਟ ਥੋੜ੍ਹਾ ਬਹੁਤ ਫਲੋ ਇੱਧਰ ਉੱਧਰ ਹੋ ਜਾਂਦਾ ਹੈ ਬਿਕੋਜ਼ ਔਫ ਵਰਕਿੰਗ ਇਨ ਡਿਫਰੈਂਟ ਲੈਂਗੁਏਜਿਸ, ਬਟ ਨੈਕਸਟ ਫਿਲਮ ਮੈਂ ਕਰ ਰਹੀ ਹਾਂ, ਉਹਦਾ ਟਾਈਟਲ ਅਨਾਊਂਸ ਕੀਤਾ ਹੈ ਦਮਾਦਮ ਮਸਤ ਕਲੰਦਰ, ਇਸੀ ਮੰਥ ਐਂਡ 'ਤੇ ਮੈਂ ਸ਼ੂਟਿੰਗ ਸ਼ੁਰੂ ਕਰ ਰਹੀ ਹਾਂ ਉਸ ਫਿਲਮ ਦੀ, ਅਤੇ ਮੈਂ ਵੈਰੀ ਐਕਸਾਈਟਿਡ ਹਾਂ ਪੰਜਾਬੀ ਨੈਕਸਟ ਫਿਲਮ ਕਰਨ ਵਾਸਤੇ, ਅਤੇ ਦਿਸ ਫਿਲਮ 'ਤੇ ਮੈਨੂੰ ਕਾਫੀ ਹੋਪਸ ਨੇ ਬਿਕੋਜ਼ the comedy it has, matlab the comedy bali vadiya comedy hai te sare flavor ne is film ch ji jo vision hai hundal saab da inhane bahut change tarike naal execute kita hai te sare characters ne apna bahut vadiya kaam kita hai, dheera ji ne this ne didar gil ji ne aur pakistani actor iftikhar khan de other anita devgan ji ne sab ne bahut vadiya kaam kita hai, te main trailer jadon vekhya si te main jadon dubbing vi kar rahi si main aap hi hass rahi thi dubbing room ch, te bahut changi film bani hai, tusi zarur vekho 23 tareek nu, te main audience naal vi request kar diya ki tusi zarur vekho eh film do te bahut sara pyar do. ਤੁਸੀਂ ਲੈਂਗੁਏਜ ਦੀ ਗੱਲ ਕੀਤੀ, ਸਾਡਾ ਕੁੜੀਆਂ ਦਾ ਹੁੰਦਾ ਜੋ ਡਿਫਰੈਂਟ ਲੈਂਗੁਏਜ ਵਿੱਚ ਅਸੀਂ ਗੱਲ ਕਰਦੇ ਹਾਂ ਨਾ, ਗੁੱਸੇ ਵਿੱਚ ਸਾਡੀ ਇੱਦਾਂ ਦੀ ਲੈਂਗੁਏਜ ਨਿਕਲਦੀ ਹੈ ਜੋ ਬਹੁਤ ਗੁੱਸੇ ਵਾਲੀ ਹੁੰਦੀ ਹੈ. ਤੁਹਾਡੀ ਕਿਹੜੀ ਲੈਂਗੁਏਜ ਨਿਕਲਦੀ ਜਦੋਂ ਗੁੱਸਾ ਆਉਂਦਾ? ਇੰਗਲਿਸ਼. ਐਂਡ ਵੈਸੇ ਤੁਸੀਂ ਕਿਹੜੀ ਲੈਂਗੁਏਜ ਜ਼ਿਆਦਾ ਪ੍ਰੈਫਰ ਕਰਦੇ ਹੋ ਆਮ ਜ਼ਿੰਦਗੀ ਦੇ ਵਿੱਚ? ਹਿੰਦੀ? ਹਿੰਦੀ, ਹਾਂਜੀ ਹਿੰਦੀ, ਇੰਗਲਿਸ਼, ਪੰਜਾਬੀ. ਓਕੇ, ਬਟ ਗੁੱਸੇ ਵਿੱਚ ਇੰਗਲਿਸ਼ ਜ਼ਿਆਦਾ ਨਿਕਲਦੀ ਹੈ. ਹਾਂਜੀ. ਓਕੇ, ਤੀਰਾ ਭਾਜੀ ਮੈਂ ਚਾਹਾਂਗੀ ਦੋ ਲਾਈਨਾਂ ਤੁਹਾਡੇ ਮੂੰਹ ਅਸੀਂ ਸੁਣਨਾ ਚਾਹਾਂਗੇ, ਫਿਲਮ ਦਾ ਹੀ ਚਾਹੇ ਗਾਣਾ ਚਾਹੇ ਤੁਸੀਂ ਆਪਣਾ. ਜੀ ਮੈਂ ਜ਼ਿਆਦਾਤਰ ਤਾਂ ਫੋਕ ਹੀ ਗਾਇਆ ਜੀ. ਜੀ ਬਿਲਕੁਲ. ਦੋ ਲਾਈਨਾਂ ਮੈਂ ਇੱਕ ਗੀਤ ਦੀਆਂ ਸੁਣਾ ਦਿੰਦਾ ਜੀ, ਨਵਾਂ ਗੀਤ ਹੈ ਸਾਡਾ. ਹੋ ਸਾਨੂੰ ਰੁਸਿਆ ਰੁਸਿਆ ਰੱਬ ਲੱਗਦਾ, ਵਿਛੜੇ ਨੇ ਸੱਜਣ ਤਦ ਲੱਗਦਾ, ਓ ਸਾਨੂੰ ਰੁਸਿਆ ਰੁਸਿਆ ਰੱਬ ਲੱਗਦਾ, ਵਿਛੜੇ ਨੇ ਸੱਜਣ ਤਦ ਲੱਗਦਾ, ਜਿਹਨੂੰ ਰੱਬ ਮੰਨਿਆ ਜੱਗ ਮੇਲੇ ਚੋਂ, ਓ ਰੱਬ ਮੰਨਿਆ ਜੱਗ ਮੇਲੇ ਚੋਂ, ਓ ਪਾਂ ਦੀ ਵਿਖੜੇ ਰਾਦੇ ਨੇ ਸੱਜਣਾ ਬਿਨ ਮੇਲੇ, ਓ ਮਿੱਤਰਾਂ ਬਿਨ ਮੇਲੇ ਕਾਦੇ ਨੇ ਸੱਜਣਾ ਬਿਨ ਮੇਲੇ, ਓ ਮਿੱਤਰਾਂ ਬਿਨ ਮੇਲੇ ਕਾਦੇ ਨੇ ਹੋ. ਲਗਾਤਾਰ ਹੀ ਪ੍ਰੋਗਰਾਮ ਕੀਤੇ ਆ ਜੀ, ਹੈ ਨਾ ਜੀ, ਉਦੋਂ ਫਿਰ ਤੁਹਾਡਾ ਸਟੇਜੀ ਰਿਆਜ਼ ਬਹੁਤ ਹੁੰਦਾ ਜੀ. ਤੁਸੀਂ ਤਿੰਨ ਤਿੰਨ ਘੰਟੇ ਵੀ ਮੈਂ ਗਾਇਆ ਲਗਾਤਾਰ, ਚਾਰ ਚਾਰ ਘੰਟੇ ਵੀ ਲਗਾਤਾਰ ਹੀ ਗਾਇਆ. ਸੋ ਉਦੋਂ ਫਿਰ ਪ੍ਰੈਕਟਿਸ ਹੁੰਦੀ ਰਹਿੰਦੀ, ਹੁਣ ਵੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਟਾਈਮ ਦੇਈਏ ਅਸੀਂ ਬੈਠ ਕੇ ਜਿਹੜਾ ਖਰਚ ਦਾ ਰਿਆਜ਼ ਉਹ ਕਰੀਏ. ਬਾਕੀ ਰੋਜ਼ ਹੀ ਬੰਦਾ ਸਿੱਖਦਾ ਜੀ, ਇਹ ਕਰਤ ਵਿੱਦਿਆ ਜੀ, ਕਰਨ ਦੇ ਨਾਲ ਹੀ ਹੈ ਜੀ, ਹੈ ਨਾ. ਜਿੰਨੇ ਅਸੀਂ ਇਹਨੂੰ ਜ਼ਿਆਦਾ ਕਰਦੇ ਹਾਂ ਓਨਾ ਹੀ ਤੁਹਾਡਾ ਨਿਖਾਰ ਆਉਂਦਾ ਜੀ. ਜੀ ਜੀ, ਥੈਂਕ ਯੂ ਸੋ ਮੱਚ, ਗੁੱਡ ਲੱਕ ਫਿਲਮ ਦੇ ਲਈ. ਆਈ ਹੋਪ ਇਹ ਹੋਰਰ ਕਾਮੇਡੀ ਹਿੱਟ ਜਾਵੇ ਐਂਡ ਤੁਹਾਡਾ ਜਿਹੜਾ ਸਬਰ ਦਾ ਫਲ ਹੈ ਜਿੱਦਾਂ ਹੁਣ ਮਿਲਿਆ ਉਦਾਂ ਹੀ ਇਹਦੇ ਜ਼ਰੀਏ ਤੁਹਾਨੂੰ ਮਿਲੇ. ਥੈਂਕ ਯੂ ਸੋ ਮੱਚ. ਸਾਰੇ ਜਾਣੇ ਜ਼ਰੂਰ ਪਹੁੰਚਿਓ ਜੀ 23 ਅਗਸਤ ਨੂੰ, ਹੈ ਬੀਬੀ ਕਿੱਥੇ ਫਸ ਗਏ. ਥੈਂਕ ਯੂ ਜੀ. ਥੈਂਕ ਯੂ. ਸਤਿ ਸ਼੍ਰੀ ਅਕਾਲ.